ਸ਼ਸ਼ਟਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਮੈਲੀ ਯੂਐਸਏ ਟੀਵੀ ਮਿਹਾਂਬਰਨ ਕੌਮਾਨ ਖਬਰਾਂ ਦੇ ਬਲਟਨ ਵਿੱਚ ਤੁਹਾਡਾ ਸਵਾਗਤ ਹੈ ਪੇਸ਼ ਨੇ ਪਹਿਲਾਂ ਚੁਣਵੀਆਂ ਖਬਰਾਂ ਕੈਨੇਡਾ ਵੱਲੋਂ ਭਾਰਤ ਅਤੇ ਪਾਕਿਸਤਾਨ ਲਈ ਉਡਾਣਾ 30 ਦਿਨਾਂ ਲਈ ਅੱਜ ਤੋਂ ਬੰਦ ਭਾਰਤ ਵਿੱਚ ਕੋਰੋਨਾ ਮਾਮਲਿਆਂ ਨੇ ਤੋੜੇ ਸਾਰੇ ਰਿਕਾਰਡ ਐਮਰਜੈਂਸੀ ਵਰਗੇ ਹਾਲਾਤ ਆਕਸੀਜਨ ਲਈ ਹਹਾਕਾਰ ਹਾਊਸ ਆਫ ਰਿਪ੍ਰੈਜ਼ੈਂਟੇਟਿਵ ਚ ਨੋ ਬੈਨ ਬਿਲ ਪਾਸ ਕੋਈ ਵੀ ਰਾਸ਼ਟਰਪਤੀ ਹੁਣ ਨਹੀਂ ਲਾ ਸਕਦਾ ਟਰੈਵਲ ਬੈਨ ਕੈਲੀਫੋਰਨੀਆ ਦੇ ਗਵਰਨਰ ਨੇ ਕੀਤੀ ਦੋ ਕਾਉਂਟੀਆਂ ਚ ਸੋਕਾ ਐਮਰਜੈਂਸੀ ਦੀ ਘੋਸ਼ਣਾ ਬ੍ਰਿਟੇਨ ਨੇ ਭਾਰਤ ਨੂੰ ਨਹੀਂ ਦਿੱਤੀ ਵਾਧੂ ਉਡਾਣਾਂ ਦੀ ਮਨਜ਼ੂਰੀ ਪੇਸ਼ ਨੇ ਹੁਣ ਖਬਰਾਂ ਵਿਸਥਾਰ ਨਾਲ ਕੈਨੇਡਾ ਨੇ ਭਾਰਤ ਤੇ ਪਾਕਿਸਤਾਨ ਤੋਂ ਅੱਜ ਵੀਰਵਾਰ ਰਾਤ 11:15 ਵਜੇ ਤੋਂ ਅਗਲੇ 4 ਹਫ਼ਤਿਆਂ ਵਾਸਤੇ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਨੇ ਕਿਉਂਕਿ ਦੋਵਾਂ ਦੇਸ਼ਾਂ ਵਿੱਚ ਕੋਵਿਡ-19 ਵਧਨ ਦੇ ਮਾਮਲੇ ਹਨ ਹੋਰ ਦੇਸ਼ਾਂ ਦੇ ਰਸਤੇ ਲੋਕਾਂ ਨੂੰ ਭਾਰਤ ਅਤੇ ਪਾਕਿਸਤਾਨ ਤੋਂ ਕੈਨੇਡਾ ਜਾਣ ਤੋਂ ਰੋਕਣ ਲਈ ਹੋਰ ਕਦਮ ਚੁੱਕੇ ਜਾਣਗੇ ਪਿਛਲੇ 2 ਹਫਤਿਆਂ ਵਿੱਚ ਕਟੋਕਟ ਬੱਤੀ ਅਤੇ ਦਿੱਲੀ ਤੋਂ ਪਾਕਿਸਤਾਨ ਦੀਆਂ ਉਡਾਣਾਂ ਉਡਾਣਾਂ ਵਿੱਚ ਦਰਜਨਾ ਯਾਤਰੀਆਂ ਨੂੰ ਲੈ ਕੇ ਕੈਨੇਡਾ ਪਹੁੰਚੀਆਂ ਸਨ ਜਿਨ੍ਹਾਂ ਨੇ ਬਾਅਦ ਵਿੱਚ ਕੋਵਿਡ-19 ਲਈ ਸਕਾਰਾਤਮਕ ਟੈਸਟ ਲਿਆ ਸੀ ਪਾਬੰਦੀ ਅੱਜ 11:30 ਵਜੇ ਤੋਂ ਲਾਗੂ ਹੋਵੇਗੀ ਅਮਰੀਕਾ ਵਿੱਚ ਹਾਊਸ ਆਫ ਰਿਪ੍ਰੈਜ਼ੈਂਟੇਟਿਵਜ਼ ਨੇ ਇੱਕ ਵਿਲ ਪਾਸ ਕੀਤਾ ਹੈ ਇਸ ਵਿੱਚ ਪ੍ਰਬੰਧ ਹੈ ਕਿ ਕੋਈ ਵੀ ਅਮਰੀਕੀ ਰਾਸ਼ਟਰਪਤੀ ਧਰਮ ਦੇ आधार ਤੇ ਟ੍ਰੈਵਲ ਬੈਨ ਨਹੀਂ ਲਾ ਸਕੇਗਾ ਨਾਗਰਿਕ ਅਧਿਕਾਰ ਵਰਕਰਾਂ ਨੇ ਇਸ ਨੂੰ ਅੱਗੇ ਵੱਲ ਵਾਧਾ ਅਹਿਮ ਕਦਮ ਦੱਸਦੇ ਹੋਏ ਸਵਾਗਤ ਕੀਤਾ ਹੈ ਇਸ ਬਿਲ ਦੇ ਕਾਨੂੰਨ ਬਣਨ ਲਈ ਅਮਰੀਕੀ ਸੈਨੇਟ ਵਿੱਚ ਇਸ ਦਾ ਪਾਸ ਹੋਣਾ ਜ਼ਰੂਰੀ ਹੈ ਅਲ ਜਜ਼ੀਰਾ ਦੀ ਇੱਕ ਰਿਪੋਰਟ ਮੁਤਾਬਕ ਹਾਊਸ ਆਫ ਰਿਪ੍ਰੈਜ਼ੈਂਟੇਟਿਵਜ਼ ਵਿੱਚ ਬੁੱਧਵਾਰ ਬਿਲ ਦੇ ਸਮਰਥਨ ਵਿੱਚ 218 ਅਤੇ ਵਿਰੋਧ ਵਿੱਚ 208 ਵੋਟ ਪਏ ਬਿਲ ਨੂੰ ਰਸਮੀ ਤੌਰ ਤੇ ਨੂੰ ਬੈਨ ਐਕਟ ਨਾਂ ਦਿੱਤਾ ਗਿਆ ਦੱਸ ਦਈਏ ਕਿ ਸਾਫਕਰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਈ ਮੁ슬ਮ ਬਹੁਲ ਮੁਲਕਾਂ ਦੇ ਨਾਗਰਿਕਾਂ ਦੇ ਅਮਰੀਕਾ ਦੀ ਯਾਤਰਾ ਕਰਨ ਤੇ ਰੋਕ ਲਾਉਣ ਦਾ ਵਿਵਾਦਤ ਕਦਮ ਉਠਾਇਆ ਸੀ ਅਮਰੀਕੀ ਸੈਨੇਟਰ ਕ੍ਰਿਸ ਕੂਨਸ ਨੇ ਟਵੀਟ ਕਰਦੇ ਹੋਏ ਹਾਊਸ ਵਿੱਚ ਬਿਲ ਪਾਸ ਹੋਣ ਦੀ ਜਾਣਕਾਰੀ ਦਿੱਤੀ ਉਸ ਵਿੱਚ ਲਿਖਿਆ ਕਿ ਜਦ ਤੋਂ ਮੁ슬ਮ ਬੈਨ ਪ੍ਰਭਾਵੀ ਹੋਇਆ ਉਦੋਂ ਤੋਂ ਉਹ ਅਤੇ ਯੂਡੀਚੂ ਨੇ ਇਹ ਯਕੀਨੀ ਕਰਨ ਲਈ ਕੰਮ ਕਰ ਰਹੇ ਨੇ ਕਿ ਕੋਈ ਵੀ ਰਾਸ਼ਟਰਪਤੀ ਅੱਗੇ ਇਸ ਤਰ੍ਹਾਂ ਦਾ ਪੀੜ ਭਾਂ ਵਾਲਾ ਬੈਨ ਲਾਗੂ ਨਾ ਕਰ ਸਕੇ ਜਿਹੜਾ ਕਿ ਡਰ ਤੇ ਆਧਾਰਿਤ ਹੋਵੇ ਮੈਂ ਹੁਣ ਇਸ ਬਿੱਲ ਦੇ ਸੈਨੇਟ ਤੋਂ ਅੱਗੇ ਵਧਣ ਵਾਲ ਦੇਖ ਰਿਹਾ ਹਾਂ 트럼ਪ ਨੇ ਬੈਨ 2017 ਵਿੱਚ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਕੁਝ ਦੇਰ ਬਾਅਦ ਹੀ ਲਾਗੂ ਕੀਤਾ ਸੀ ਇਸ ਦਾ ਵਿਆਪਕ ਵਿਰੋਧ ਹੋਇਆ ਸੀ ਅਮਰੀਕੀ ਅਦਾਲਤਾਂ ਵਿੱਚ ਬੈਨ ਨੂੰ ਦੋ ਵਾਰ ਖਾਰਜ ਕੀਤਾ ਗਿਆ ਪਰ ਇਸ ਨੂੰ ਫਿਰ ਰਾਸ਼ਟਰੀ ਸੁਰੱਖਿਆ ਲਈ ਉਠਾਏ ਕਦਮ ਵਜੋਂ ਪੇਸ਼ ਕੀਤਾ ਗਿਆ ਆਖਰਕਾਰ ਅਮਰੀਕੀ ਸੁਪਰੀਮ ਕੋਰਟ ਨੇ 2018 ਵਿੱਚ ਇਸ ਨੂੰ ਕਾਨੂੰਨੀ ਦੱਸਿਆ ਬੈਨ ਨੂੰ ਸ਼ੁਰੂ ਵਿੱਚ ਲੀਬੀਆ, ਵੈਨਜ਼ੁਏਲਾ, ਨਾਰਥ ਕੋਰੀਆ, ਸੋਮਾਲੀਆ, ਯਮਨ, ਈਰਾਨ, ਸੀਰੀਆ ਦੇ ਨਾਗਰਿਕਾਂ ਨੂੰ ਅਮਰੀਕਾ ਆਉਣ ਤੋਂ ਰੋਕਣ ਲਈ ਲਾਗੂ ਕੀਤਾ ਗਿਆ। 2020 ਵਿੱਚ 트럼ਪ ਨੇ ਇਸ ਬੈਨ ਦੇ ਦਾਇਰੇ ਵਿੱਚ ਮਿਆਂਮਾਰ, ਇਰੀਟਰੀਆ, ਕਿਰਗਿਸਤਾਨ, ਨਾਈਜੀਰੀਆ, ਸੁਡਾਨ ਅਤੇ ਤੰਜ਼ਾਨੀਆ ਨੂੰ ਵੀ ਸ਼ਾਮਲ ਕਰ ਲਿਆ। ਦੇਸ਼ ਭਰ ਚ ਕਰੋਨਾ ਦੇ ਵੱਧਦੇ ਮਾਮਲਿਆਂ ਦਰਮਿਆਨ ਆਕਸੀਜਨ ਸਪਲਾਈ ਦੀ ਕਿੱਲਤ ਅਤੇ ਲੋੜੀਂਦੀਆਂ ਅਵਸਥਾ ਦੀ ਘਾਟ ਤੇ ਟਿੱਪਣੀ ਕਰਦੇ ਹਾਂ ਸੁਪਰੀਮ ਕੋਰਟ ਨੇ ਇਸ ਨੂੰ ਰਾਸ਼ਟਰੀ ਐਮਰਜੈਂਸੀ ਘਰਾੜ ਦਿੰਦਿਆਂ ਕੇਂਦਰ ਨੂੰ ਇਸ ਸੰਬੰਧਿਤ ਰਾਸ਼ਟਰੀ ਯੋਜਨਾ ਤਿਆਰ ਕਰਨ ਲਈ ਕਿਹਾ ਸੁਪਰੀਮ ਕੋਰਟ ਵੱਲੋਂ ਇਹ ਟਿੱਪਣੀ ਉਸ ਵੇਲੇ ਆਈ ਜਦੋਂ ਭਾਰਤ ਵਿੱਚ 24 ਘੰਟਿਆਂ 'ਚ 311500 ਤੋਂ ਵੱਧ ਕਰੋਨਾ ਦੇ ਮਾਮਲੇ ਆਏ ਹਨ ਜੋ ਕਿ ਹਾਲੇ ਤੱਕ ਵਿਸ਼ਵ ਵਿੱਚ ਆਏ ਇੱਕ ਦਿਨ 'ਚ ਸਭ ਤੋਂ ਵੱਧ ਮਾਮਲਿਆਂ ਦਾ ਰਿਕਾਰਡ ਹੈ ਵਰਣਨ ਜੋਗ ਹੈ ਕਿ ਭਾਰਤ ਵਿੱਚ ਕਰੋਨਾ ਦੇ ਰਿਕਾਰਡ 3115000 ਮਾਮਲਿਆਂ ਇਸ ਤੋਂ ਪਹਿਲਾਂ ਅਮਰੀਕਾ 'ਚ 8 ਜਨਵਰੀ ਨੂੰ ਹਾਲੇ ਤੱਕ ਦੇ ਸਭ ਤੋਂ ਬਾਅਦ 307000 ਲੋਕ ਕਰੋਨਾ ਦੇ ਸ਼ਿਕਾਰ ਹੋਏ ਸਨ ਸੁਪਰੀਮ ਕੋਰਟ ਨੇ ਕੋਵਿਡ ਦੀ ਸਥਿਤੀ ਤੇ ਕਈ ਮੁੱਦਿਆਂ ਤੇ ਆਪਣੇ ਤੌਰ ਤੇ ਧਿਆਨ ਦਿੰਦਿਆਂ ਕਿਹਾ ਕਿ ਦੇਸ਼ 'ਚ ਹਾਲਾਤ ਰਾਸ਼ਟਰੀ ਐਮਰਜੈਂਸੀ ਵਰਗੇ ਬਣ ਗਏ ਹਨ ਕਈ ਰਾਜਾਂ ਵੱਲੋਂ ਲਗਾਤਾਰ ਆਕਸੀਜਨ ਦੀ ਕਿੱਲਤ ਦੀ ਸ਼ਿਕਾਇਤ ਤੋਂ ਬਾਅਦ ਕੇਂਦਰ ਵੱਲੋਂ ਕੁਝ ਰਾਜਾਂ ਲਈ ਆਕਸੀਜਨ ਦਾ ਕੋਟਾ ਵਧਾਉਣ ਦਾ ਐਲਾਨ ਕੀਤਾ ਗਿਆ ਹੈ ਪੰਜਾਬ ਸਮੇਤ ਕੋਟਾ ਸੱਤ ਰਾਜਾਂ 'ਚ ਵਧਾਇਆ ਗਿਆ ਹੈ ਆਕਸੀਜਨ ਦੀ ਕਮੀ ਨੂੰ ਵੇਖਦਿਆਂ ਕੇਂਦਰ ਨੇ ਨਿਰਦੇਸ਼ ਦਿੱੰਦਿਆਂ ਕਿਹਾ ਕਿ ਆਕਸੀਜਨ ਦੀ ਉਦਯੋਗਿਕ ਵਰਤੋਂ ਤੇ ਪੂਰੀ ਤਰ੍ਹਾਂ ਰੋਕ ਲਾ ਦਿੱਤੀ ਜਾਵੇ ਉਸ ਤੋਂ ਪਹਿਲਾਂ ਦੇ ਆਦੇਸ਼ 'ਚ ਨੌ ਵਿਸ਼ੇਸ਼ ਉਦਯੋਗਾਂ ਨੂੰ ਛੋਟ ਦਿੱਤੀ ਗਈ ਸੀ ਕੇਂਦਰ ਨੇ ਕਿਹਾ ਕਿ ਕੋਈ ਵੀ ਰਾਜ ਜਾਂ ਕੇਂਦਰੀ ਸਹਾਸਤ ਪ੍ਰਦੇਸ਼ ਉਸ ਤੇ ਹਲਕੇ 'ਚ ਸਥਿਤ ਆਕਸੀਜਨ ਪਲਾਂਟ ਦੇ ਉਤਪਾਦਕ ਅਤੇ ਸਪਲਾਈ ਕਰਤਾ ਨੂੰ ਸਿਰਫ ਉਥੋਂ ਦੇ ਹਸਪਤਾਲ ਲਈ ਨਹੀਂ ਰੋਕ ਸਕਦਾ ਕੇਂਦਰ ਨੇ ਇਹ ਵੀ ਕਿਹਾ ਕਿ ਆਕਸੀਜਨ ਸਪਲਾਈ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਨਹੀਂ ਹੋਣੀ ਚਾਹੀਦੀ ਕਿਸੇ ਇੱਕ ਰਾਜ ਵਿਸ਼ੇਸ਼ ਲਈ ਸਪਲਾਈ ਨਹੀਂ ਰੋਕੀ ਜਾ ਸਕਦੀ ਕੇਂਦਰ ਨੇ ਇਹ ਵੀ ਕਿਹਾ ਕਿ ਆਕਸੀਜਨ ਲੈ ਕੇ ਜਾ ਰਹੇ ਵਾਹਨਾਂ ਨੂੰ ਰਾਜਾਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ 'ਚ ਬਿਨਾਂ ਰੋਕ ਟੋਕ ਆਉਣ ਜਾਣ ਦੀ ਆਗਿਆ ਹੋਵੇਗੀ ਬ੍ਰਿਟੇਨ ਦੇ ਸਭ ਤੋਂ ਵੱਡੇ ਅਤੇ ਰੁਝੇਵੇਂ ਵਾਲੇ ਹਵਾਈ ਅੱਡੇ ਹੀਰਥੂਨੇ ਭਾਰਤ ਨੂੰ 8 ਵਾਧੂ ਉਡਾਣਾਂ ਦੇ ਸੰਚਾਲਨ ਦੀ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ। ਕਰੋਨਾ ਵਾਇਰਸ ਮਹਾਮਾਰੀ ਨੂੰ ਦੇਖਦੇ ਹੋਏ ਦੇਸ਼ 'ਚ ਸ਼ੁੱਕਰਵਾਰ ਤੋਂ ਰੈੱਡ ਲਿਸਟ ਯਾਤਰਾ ਪਾਬੰਦੀ ਲਾਗੂ ਹੋ ਰਹੀ ਹੈ। ਹਵਾਈ ਅੱਡੇ ਨੇ ਕਿਹਾ ਕਿ ਵਾਧੂ ਉਡਾਣਾਂ ਦੀ ਆਗਿਆ ਇਸ ਲਈ ਨਹੀਂ ਦਿੱਤੀ ਗਈ ਤਾਂਕਿ ਪਾਸਪੋਰਟ ਕੰਟਰੋਲ 카운ਟਰ ਤੇ ਵਾਧੂ ਬੋਝ ਨਾ ਪਾਏ ਅਤੇ ਲੰਬੀਆਂ-ਲੰਬੀਆਂ ਲਾਈਨਾਂ ਨਾ ਲੱਗਣ। ਇਸੇ ਹਫ਼ਤੇ ਦੀ ਸ਼ੁਰੂਆਤ ਵਿੱਚ ਹਾਊਸ ਆਫ ਕਾਮਨਸ ਵਿੱਚ ਭਾਰਤ ਨੂੰ ਰੈੱਡ ਲਿਸਟ ਵਿੱਚ ਸ਼ਾਮਲ ਕਰਨ ਦਾ ਐਲਾਨ ਕੀਤਾ ਗਿਆ ਸੀ ਬ੍ਰਿਟੇਨ 'ਚ ਕਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਦੇ 103 ਮਾਮਲੇ ਸਾਹਮਣੇ ਆਏ ਇਹ ਅਜਿਹਾ ਵੇਰੀਐਂਟ ਹੈ ਜਿਸ ਦਾ ਪਤਾ ਸਭ ਤੋਂ ਪਹਿਲਾਂ ਭਾਰਤ ਵਿੱਚ ਚੱਲਿਆ ਸੀ ਸਿਹਤ ਮੰਤਰੀ ਮੈਟ ਹੈਨਕਾਕ ਨੇ ਦੱਸਿਆ ਕਿ ਇਹ ਫੈਸਲਾ ਅੰਕੜਿਆਂ ਦਾ ਅਧਿਐਨ ਕਰਨ ਲਈ ਲਿਆ ਗਿਆ ਹੈ ਇਸ ਤਹਿਤ ਕੋਈ ਅਜਿਹਾ ਵਿਅਕਤੀ ਜੋ ਬ੍ਰਿਟੇਨ ਦਾ ਨਾਗਰਿਕ ਨਹੀਂ ਹੈ ਅਤੇ ਪਿਛਲੇ 10 ਦਿਨਾਂ ਤੋਂ ਭਾਰਤ ਚ ਰਿਹਾ ਹੈ ਤਾਂ ਉਸ ਨੂੰ ਇੱਥੇ ਆਉਣ ਦੀ ਆਗਿਆ ਨਹੀਂ ਹੋਵੇਗੀ ਇਸ ਵਿਚਕਾਰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਵੀਰਵਾਰ ਨੂੰ ਭਾਰਤ ਤੇ ਕਰੋਨਾ ਦੇ ਯੋਖਾਂ ਵਾਲੇ ਹੋਰ ਦੇਸ਼ਾਂ ਤੋਂ ਆਉਣ ਵਾਲੇ ਜਹਾਜ਼ਾਂ ਦੀ ਉਡਾਣ ਵਿੱਚ 30 ਫੀਸਦੀ ਕਟੌਤੀ ਦਾ ਐਲਾਨ ਕੀਤਾ ਭਾਰਤ ਵਿੱਚ ਕਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਹੋ ਰਹੇ ਵਾਧੇ ਨੂੰ ਦੇਖਦੇ ਆਸਟ੍ਰੇਲੀਆ ਨੇ ਇਹ ਫੈਸਲਾ ਕੀਤਾ ਹੋਰੇ ਵਾਧੇ ਨੂੰ ਦੇਖਦੇ ਹੋਏ ਆਸਟ੍ਰੇਲੀਆ ਨੇ ਵੀ ਫੈਸਲਾ ਕੀਤਾ ਕੈਨਬਰਾ ਵਿੱਚ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਮੌਰਿਸਨ ਨੇ ਕਿਹਾ ਅਸੀਂ ਇਹ ਗੱਲ ਤੇ ਸਹਿਮਤ ਹਾਂ ਕਿ ਕਟੌਤੀ ਕੀਤੀ ਜਾਵੇ ABC ਨਿਊਜ਼ ਅਨੁਸਾਰ ਸਿਡਨੀ ਲਈ ਸਰਕਾਰ ਵੱਲੋਂ ਸੰਚਾਲਿਤ ਅਤੇ ਨਿੱਜੀ ਦੋਵੇਂ ਤਰ੍ਹਾਂ ਦੀ ਜਹਾਜ਼ ਸੇਵਾਵਾਂ ਤੇ ਉਡਾਣ ਵਿੱਚ ਕਟੌਤੀ ਦਾ ਨਿਯਮ ਲਾਗੂ ਹੋਵੇਗਾ ਇਸੇ ਤਰ੍ਹਾਂ ਹੀ ਭਾਰਤ ਵਿੱਚ ਕਰੋਨਾ ਦੀ ਦੂਜੀ ਲਹਿਰ ਦਰਮਿਆਨ ਭਾਰਤੀ ਯਾਤਰੀਆਂ ਨੂੰ ਲੈ ਕੇ ਹਰ ਇੱਕ ਮੁਲਕ ਸਖਤੀ ਅਪਣਾ ਰਿਹਾ ਹੈ ਸਿੰਗਾਪੁਰ ਦੇ ਅਧਿਕਾਰੀਆਂ ਮੁਤਾਬਕ ਕਰੋਨਾ ਦੇ ਵੱਧ ਤੇ ਪ੍ਰਕੋਪ ਵਿਚਾਲੇ ਭਾਰਤ ਨਾਲ ਸੀਮਾ ਕੰਟਰੋਲ ਨੂੰ ਹੋਰ ਸਖਤ ਕਰਦੇ ਹੋਏ ਭਾਰਤੀ ਉਡਾਣਾਂ ਤੇ ਬੈਨ ਲਾਉਣ ਦਾ ਫੈਸਲਾ ਕੀਤਾ ਇਹ ਸਿੰਗਾਪੁਰ ਨੇ ਭਾਰਤ ਵਿੱਚ ਤੇਜ਼ੀ ਨਾਲ ਵਿਗੜਦੇ ਹਾਲਾਤ ਸੰਬੰਧੀ ਉਕਤ ਫੈਸਲਾ ਕੀਤਾ ਉੱਥੇ 25 ਅਪ੍ਰੈਲ ਤੋਂ 10 ਦਿਨਾਂ ਲਈ ਦੁਬਈ ਅਤੇ ਭਾਰਤ ਵਿਚਾਲੇ ਚੱਲਣ ਵਾਲੀਆਂ ਫਲਾਈਟਾਂ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ ਭਾਰਤ ਵਿੱਚ ਵਿਗੜਦੇ ਕਰੋਨਾ ਦੇ ਹਾਲਾਤਾਂ ਵਿਚਾਲੇ ਕਈ ਮੁਲਕਾਂ ਵੱਲੋਂ ਯਾਤਰਾ ਪਾਬੰਦੀਆਂ ਕਰਨ ਤੇ ਵਿਚਾਰ ਕੀਤਾ ਹੈ ਜਿਸ ਤੋਂ ਬਾਅਦ ਹੁਣ ਸਿੰਗਾਪੁਰ ਨੇ ਵੀ ਭਾਰਤੀ ਉਡਾਣਾਂ ਤੇ ਬੈਨ ਲਾਉਣ ਦਾ ਫੈਸਲਾ ਕੀਤਾ ਹਾਲਾਂਕਿ ਇਸ ਤੋਂ ਪਹਿਲਾਂ ਸਥਾਨਕ ਅਧਿਕਾਰੀਆਂ ਦੀ ਮੰਨੀਅਤ ਸਿੰਗਾਪੁਰ ਅੰਦਰ ਕਰੋਨਾ ਦੇ ਪ੍ਰਕੋਪ ਨੂੰ ਰੋਕਣ ਲਈ ਜਿਹੜੇ ਲੋਕ ਲੇ 14 ਦਿਨਾਂ ਤੋਂ ਭਾਰਤ ਵਿੱਚ ਹਨ ਹਾਲਾਂਕਿ ਸਿਹਤ ਮੰਤਰਾਲਾ ਭਾਰਤ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਨੂੰ ਆਪਣਾ 14 ਦਿਨਾਂ ਦਾ ਕੁਆਰੰਟਾਈਨ ਪੀਰੀਅਡ ਪੂਰਾ ਕਰਨ ਤੋਂ ਬਾਅਦ ਉਹਨਾਂ ਨੂੰ ਆਪਣੇ ਘਰਾਂ ਦੀ ਬਜਾਏ 7 ਦਿਨ ਹੋਰ ਅਲੱਗ ਤੋਂ ਰਹਿਣ ਦਾ ਨਿਯਮ ਲਾਗੂ ਕੀਤਾ ਸੀ ਦਰਅਸਲ ਸਿੰਗਾਪੁਰ ਆਉਣ ਵਾਲੇ ਯਾਤਰੀਆਂ ਵਿਚਾਲੇ ਪਾਏ ਗਏ 40 ਲੋਕਾਂ ਵਿੱਚ ਕੋਰੋਨਾ ਵਾਇਰਸ ਦਾ ਭਾਰਤੀ ਵੇਰੀਐਂਟ ਮਿਲਿਆ ਸੀ ਜਿਸ ਨੂੰ ਡਬਲ ਮਿਊਟੈਂਟ ਘਰਾਰ ਦਿੱਤਾ ਗਿਆ ਹੈ ਵੀਰਵਾਰ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਾਰੇ ਲੋਕਾਂ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ ਭਾਰਤ ਵਿੱਚ جاری ਕਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਕਹਿਰ ਦਰਮਿਆਨ ਪੰਜਾਬ ਚ ਮੈਡੀਕਲ ਆਕਸੀਜਨ ਦੀ ਜ਼ਰੂਰਤ ਵੱਧ ਗਈ ਹੈ ਇਸ ਆਫਤ ਦੀ ਸਥਿਤੀ ਨਾਲ ਨਜਿੱਠਣ ਲਈ ਭਾਰਤੀ ਹਵਾਈ ਫੌਜ ਸਰਕਾਰ ਅਤੇ ਜਨਤਾ ਦੀ ਮਦਦ ਲਈ ਅੱਗੇ ਆਈ ਹੈ ਸਰਕਾਰ ਨੂੰ ਮਦਦ ਦੇਣ ਲਈ ਭਾਰਤੀ ਹਵਾਈ ਫੌਜ ਨੇ ਮੋਰਚਾ ਸੰਭਾਲਿਆ ਹੈ ਅਤੇ ਆਕਸੀਜਨ ਕੰਟੇਨਰ ਸਿਲੰਡਰ ਜ਼ਰੂਰੀ ਦਵਾਈਆਂ ਉਪਕਰਨਾ ਅਤੇ ਸਿਹਤ ਕਾਮਿਆਂ ਤੱਕ ਨੂੰ 에ਅਰ ਲਿਫਟ ਕਰ ਰਿਹਾ ਹੈ ਭਾਰਤੀ ਹਵਾਈ ਫੌਜ ਦੇ C17 ਅਤੇ IL76 ਜਹਾਜ਼ ਨੇ ਦੇਸ਼ ਭਰ ਦੇ ਸਟੇਸ਼ਨਾਂ ਤੇ ਵੱਡੇ ਆਕਸੀਜਨ ਟੈਂਕਰਾਂ ਨੂੰ 에ਅਰ ਲਿਫਟ ਕਰਨਾ ਸ਼ੁਰੂ ਕਰ ਦਿੱਤਾ ਤਾਂ ਕਿ ਆਕਸੀਜਨ ਦੀ ਵੰਡ ਵਿੱਚ ਤੇਜ਼ੀ ਲਿਆਂਾਈ ਜਾ ਸਕੇ ਦਸਤਰੀ ਯੋਗ ਹੈ ਕਿ ਭਾਰਤ ਮੈਡੀਕਲ ਗ੍ਰੇਡ ਆਕਸੀਜਨ ਦੀ ਭਾਰੀ ਕਟ ਦਾ ਸਾਹਮਣਾ ਕਰ ਰਹਾ ਹੈ ਅਤੇ ਦੇਸ਼ ਭਰ ਦੇ ਕਈ ਹਸਪਤਾਲ ਹੁਣ ਡਰਤੀ ਸਥਿਤੀ 'ਚ ਆ ਗਏ ਨੇ ਵੀਰਵਾਰ ਨੂੰ ਹਵਾਈ ਫੌਜ ਨੇ ਆਪਣੇ ਟਵੀਟ ਵਿੱਚ ਕਿਹਾ ਸੀ ਕਿ ਕੋਵਿਡ-19 ਵਿਰੁੱਧ ਲੜਾਈ 'ਚ ਹਵਾਈ ਫੌਜ ਦਾ ਆਵਾਜਾਈ ਬੇੜਾ ਸਹਿਯੋਗ ਕਰ ਰਿਹਾ ਹੈ ਦੇਸ਼ ਭਰ 'ਚ ਮੈਡੀਕਲ ਸਹੂਲਤਾਂ ਨੂੰ ਪਹੁੰਚਾਉਣ ਅਤੇ ਕੋਵਿਡ ਹਸਪਤਾਲਾਂ ਦੇ ਨਿਰਮਾਣ ਲਈ ਉਹ ਮੈਡੀਕਲ ਕਰਮੀਆਂ ਉਪਕਰਣਾ ਤੇ ਦਵਾਈਆਂ ਨੂੰ 에ਅਰ ਲਿਫਟ ਕਰ ਰਿਹਾ ਹੈ ਕਿਸਾਨ ਸੰਜੁਗਤ ਮੋਰਚਾ ਤੇ ਪ੍ਰਸ਼ਾਸਨ ਨੇ ਮਿਲ ਕੇ ਫੈਸਲਾ ਕੀਤਾ ਹੈ ਕਿ ਕਰੋਨਾ ਇਨਫੈਕਸ਼ਨ ਕਾਰਨ ਸਿੰਘੂ ਬਾਰਡਰ ਤੇ ਐਮਰਜੈਂਸੀ ਸੇਵਾਵਾਂ ਲਈ ਬੈਰੀਗੇਡ ਹਟਾਏ ਜਾਣਗੇ ਸਿੰਘੂ ਬਾਰਡਰ ਦੇ ਇੱਕ ਹਿੱਸੇ ਨੂੰ ਐਮਰਜੈਂਸੀ ਵਾਹਨਾਂ ਲਈ ਖੋਲਣ ਤੇ ਹਾਮੀ ਭਰ ਦਿੱਤੀ ਗਈ ਹੈ ਪ੍ਰਸ਼ਾਸਨ ਹੁਣ ਇੱਥੇ ਲਾਏ ਗਏ ਬੈਰੀਗੇਡ ਹਟਾਏਗਾ ਤਾਂ ਜੋ ਇੱਥੇ ਜ਼ਰੂਰੀ ਵਾਹਨਾਂ ਦੀ ਆਵਾਜਾਈ ਹੋ ਸਕੇ ਖਾਸ ਤੌਰ ਤੇ ਕਰੋਨਾ ਨੂੰ ਦੇਖਦੇ ਹੋਏ ਮਰੀਜ਼ਾਂ ਤੇ ਦੂਜੇ ਜ਼ਰੂਰੀ ਵਾਹਨਾ ਲਈ ਵੀ ਇਹ ਰਾਹ ਖੋਲਿਆ ਗਿਆ ਹੈ ਸੰਯੁਕਤ ਕਿਸਾਨ ਮੋਰਚੇ ਦਾ ਕਹਿਣਾ ਹੈ ਕਿ ਕਿਸਾਨਾਂ ਵੱਲੋਂ ਪਹਿਲੇ ਦਿਨ ਤੋਂ ਹੀ ਇਹ ਰਸਤਾ ਬੰਦ ਨਹੀਂ ਕੀਤਾ ਗਿਆ ਸੀ ਸਗੋਂ ਸਰਕਾਰ ਤੇ ਪ੍ਰਸ਼ਾਸਨ ਨੇ ਹੀ ਇੱਥੇ ਵੱਡੇ ਵੱਡੇ ਪੱਥਰ ਲਗਾਏ ਹੋਏ ਹਨ ਬੈਠਕ ਵਿੱਚ ਸੋਨੀਪੱਤ ਦੇ ਐਸ ਏ ਪੀ ਸੀ ਐਮਓ ਤੇ ਡੀ ਸੀ ਵੀ ਕਾਰਜਪਾੜ ਦੇ ਰਹੇ ਏ ਡੀ ਸੀ ਮੌਜੂਦਾ ਰਿਹਵਾੜੀ ਦਾ ਕੰਮ ਪੂਰਾ ਹੋਣ ਤੋਂ ਬਾਅਦ ਕਿਸਾਨਾਂ ਦੀ ਧਰਨਾ ਸਥਾਨ ਤੇ ਵਾਪਸੀ ਸ਼ੁਰੂ ਹੋ ਗਈ ਇਸ ਸਬੰਧ ਵਿੱਚ ਸ਼ੁਕਰਵਾਰ ਨੂੰ ਕਿਸਾਨ ਧਰਨਾ ਸਥਾਨਾਂ ਤੇ ਆਪਰੇਸ਼ਨ ਕਲਿੰਦਾ ਮੁਕਾਬਲਾ ਕਰਨ ਲਈ ਆਪਰੇਸ਼ਨ ਸ਼ਕਤੀ ਮਨਾਉਣਗੇ ਇਸ ਤੇ ਇੱਕ ਹਿੱਸੇ ਦੇ ਰੂਪ ਵਿੱਚ ਟ੍ਰੈਕਟਰ ਟਰਾਲੀਆਂ 'ਚ ਪ੍ਰਦਰਸ਼ਨਕਾਰੀਆਂ ਦਾ ਇੱਕ ਵੱਡਾ ਕਾਫਲਾ ਸਿੰਘੂ ਬਾਰਡਰ ਲਈ ਹਰਿਆਣਾ ਦੇ ਸੋਨੀਪੱਤ ਜ਼ਿਲ੍ਹੇ ਦੇ ਵੜਨਵਾਸ਼ਨੀ ਤੁਰਵਾਨਾ ਹੋਵੇਗਾ ਪਹਿਲੇ ਵਿਸ਼ਵ ਯੁੱਧ ਵਿੱਚ ਬ੍ਰਿਟਿਸ਼ ਸਮਰਾਜ ਲਈ ਸ਼ਹੀਦ ਹੋਣ ਵਾਲੇ ਸਾਡੇ ਹਜ਼ਾਰਾਂ ਭਾਰਤੀਆਂ ਤੇ ਹੋਰ ਗੈਰ ਗੋਰੇ ਸੈਨਿਕਾਂ ਨੂੰ ਗੋਰੇ ਸੈਨਿਕਾਂ ਵਾਂਗ ਸਨਮਾਨ ਨਹੀਂ ਦਿੱਤਾ ਗਿਆ ਸੀ ਕਾਮਨਵੈਲਥ ਵਾਰ ਗ੍ਰੇਵ ਕਮਿਸ਼ਨ ਦੇ ਇਸ ਸੰਬੰਧ ਵਿੱਚ ਰਿਪੋਰਟ ਆਉਣ ਦੇ ਬਾਅਦ ਬ੍ਰਿਟੇਨ ਨੇ ਪਹਿਲੀ ਵਾਰ ਨਸਲੀ ਵਿਤਕਰੇ ਲਈ ਮੁਆਫੀ ਮੰਗੀ ਹੈ ਕਮਿਸ਼ਨ ਦੀ ਜਾਂਚ ਰਿਪੋਰਟ ਵੀਰਵਾਰ ਨੂੰ ਜਾਰੀ ਕੀਤੀ ਗਈ ਰਿਪੋਰਟ ਵਿੱਚ ਕਿਹਾ ਗਿਆ ਕਿ ਪਹਿਲੇ ਵਿਸ਼ਵ ਯੁੱਧ ਵਿੱਚ ਲਗਭਗ 45 ਤੋਂ 50 ਹਜ਼ਾਰ ਗੈਰ ਗੋਰੇ ਸੈਨਿਕ ਬ੍ਰਿਟਿਸ਼ ਸਮਰਾਜ ਲਈ ਸ਼ਹੀਦ ਹੋਏ ਸਨ ਇਨਾ ਵਿੱਚ ਭਾਰਤੀ ਅਫਰੀਕੀ ਮਿਸਰ ਅਤੇ ਸੋਮਾਲੀਆ ਦੇ ਸੈਨਿਕਾਂ ਨੇ ਸ਼ਹੀਦਾਂ ਨੂੰ ਉਸ ਤਰ੍ਹਾਂ ਸਨਮਾਨ ਨਹੀਂ ਦਿੱਤਾ ਗਿਆ ਜਿਸ ਤਰ੍ਹਾਂ ਗੋਰੇ ਸੈਨਿਕਾਂ ਨੂੰ ਸ਼ਹੀਦ ਹੋਣ ਤੇ ਦਿੱਤਾ ਗਿਆ ਸੀ ਹਜ਼ਾਰਾਂ ਗੈਰ ਗੋਰਿਆਂ ਦਾ ਯਾਦ ਕਰਨ ਵਾਲਿਆਂ ਵਿੱਚ ਨਾਮ ਨਹੀਂ ਲਿਆ ਗਿਆ ਇਸ ਰਿਪੋਰਟ ਦੇ ਆਉਣ ਵਗਰੋਂ ਬ੍ਰਿਟੇਨ ਦੇ ਰੱਖਿਆ ਮੰਤਰੀ ਵੇਨ ਵਾਲੀਸ ਨੇ ਸਰਕਾਰ ਵੱਲੋਂ प्रतिनिधि सभा ਵਿੱਚ ਮੁਆਫੀ ਮੰਗੀ ਹੈ ਉਹਨਾਂ ਨੇ ਕਿਹਾ ਕਿ ਨਿਸ਼ਚਿਤ ਹੀ ਕੁਝ ਥਾਵਾਂ ਤੇ ਵਿਤਕਰਾ ਕੀਤਾ ਗਿਆ ਹੁਣ ਸਾਡੀ ਸਰਕਾਰ ਅਤੇ ਕਾਮਨ ਵੈਲਥ ਵਾਰ ਗ੍ਰੇਵ ਕਮਿਸ਼ਨ ਵੱਲੋਂ ਮੁਆਫੀ ਮੰਗਣਾ ਚਾਹੁੰਦੇ ਹਾਂ ਕਿ ਅਸੀਂ ਉਸ ਸਮੇਂ ਬੁਨਿਆਦੀ ਸਿਧਾਂਤਾਂ ਤੇ खरे ਨਹੀਂ ਉਤਰ ਪਾਏ ਅਸੀਂ ਅਸੀਂ ਅਫਸੋਸ ਪ੍ਰਗਟ ਕਰਦੇ ਹਾਂ ਕਿ ਇਸ ਸਥਿਤੀ ਨੂੰ ਠੀਕ ਕਰਨ ਵਿੱਚ ਲੰਬਾ ਸਮਾਂ ਲੱਗਾ ਅਸੀਂ ਭੂਤਕਾਲ ਨੂੰ ਬਦਲ ਨਹੀਂ ਸਕਦੇ ਪਰ ਪਹਿਲਾਂ ਦੀਆਂ ਗਲਤੀਆਂ ਤੋਂ ਸਬਕ ਲੈ ਸਕਦੇ ਹਾਂ ਦੱਖਣੀ ਕੈਲੀਫੋਰਨੀਆ ਵਿੱਚ ਇੱਕ ਬੀਚ ਫਰੰਟ ਦੀ ਜ਼ਮੀਨ ਦਾ ਇੱਕ ਹਿੱਸਾ ਜਿਹੜਾ ਕਿ ਇੱਕ ਕਾਲੇ ਪਰਿਵਾਰ ਤੋਂ 97 ਸਾਲ ਪਹਿਲਾਂ ਜ਼ਬਤ ਕੀਤਾ ਗਿਆ ਸੀ ਨੂੰ ਉਹਨਾਂ ਦੇ ਵੰਚਸ ਨੂੰ ਵਾਪਸ ਕਰਨ ਲਈ ਤੈਅ ਕੀਤਾ ਗਿਆ ਹੈ ਇੱਕ ਕਾਲੇ ਜੁੜੇ ਵਿਲਾ ਅਤੇ ਚਾਰਲਸ ਬਰੂਸ ਨੇ 1912 ਵਿੱਚ ਮੈਨਹਟਨ ਵਿੱਚ ਤੇ ਜ਼ਮੀਨ ਖਰੀਦੀ ਸੀ ਪਰ ਕਈ ਸਾਲਾਂ ਬਾਅਦ ਉਹਨਾਂ ਦੀ ਜਾਇਦਾਦ ਨੂੰ ਸ਼ਹਿਰ ਦੁਆਰਾ ਜ਼ਬਤ ਕਰ ਲਿਆ ਸੀ ਮੰਗਲਵਾਰ ਨੂੰ ਲਾਸ ਐਂਜਲਸ ਕਾਉਂਟੀ ਬੋਰਡ ਸੁਪਰਵਾਈਜ਼ਰਾਂ ਨੇ ਵਿਲਾ ਅਤੇ ਚਾਰਲਸ ਬਰੂਸ ਦੇ ਉਤਰ ਅਧਿਕਾਰੀਆਂ ਨੂੰ ਇਹ ਜਾਇਦਾਦ ਵਾਪਸ ਕਰਨ ਲਈ 50-0 ਨਾਲ ਵੋਟ ਦਿੱਤੀ ਬੇਦਵੀ ਗੋਲੀ ਕਾਂਟ ਤੇ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਆਪਣੀ ਹੀ ਸਰਕਾਰ ਖਿਲਾਫ ਹਮਲਾ ਬਾਰ ਰੁਖ અપਣਾਉਣ ਵਾਲੇ ਸਾਬਕਾ ਮੰਤਰੀ ਨਵਜੋਤ ਸਿੱਧੂ ਨੇ ਗ੍ਰਹਿ ਮੰਤਰੀ ਤੇ ਫਿਰ ਵੱਡੇ ਸਵਾਲ ਚੁੱਕੇ ਨੇ ਸੋਸ਼ਲ ਮੀਡੀਆ ਤੇ ਮੂੜ ਬੋਲਦੇ ਹੋਏ ਸਿੱਧੂ ਨੇ ਕਿਹਾ ਕਿ ਗ੍ਰਹਿ ਮੰਤਰੀ ਲਈ ਬੇਦਵੀ ਕੇਸ ਸਭ ਤੋਂ ਅਹਿਮ ਨਹੀਂ ਸੀ ਆਪਣੀ ਜ਼ਿੰਮੇਵਾਰੀ ਕਿਸੇ ਸਿਰ ਮੜਨੀ ਅਤੇ ਸਿਰਫ ਐਡਵੋਕੇਟ ਜਨਰਲ ਨੂੰ ਹੀ ਬਲੀ ਦਾ ਬੱਕਰਾ ਬਣਾਉਣ ਦਾ ਮਤਲਬ ਹੈ ਨਜ਼ਰਸਾਨੀ ਦਾ ਕੰਟਰੋਲ ਕਾਰਜਕਾਰੀ ਅਥਾਰਟੀ ਦੇ ਹੱਥਾਂ 'ਚ ਨਹੀਂ ਹੈ ਫਿਰ ਐਡਵੋਕੇਟ ਜਨਰਲ ਦੀ ਲਗਾਮ ਕਿਸ ਦੇ ਹੱਥ ਹੈ ਜ਼ਿੰਮੇਵਾਰੀਆਂ ਤੋਂ ਭੱਜਣ ਦੀ ਇਸ ਖੇਡ ਵਿੱਚ ਲੀਗਲ ਟੀਮ ਦੇ ਮੈਂਬਰਾਂ ਤਾਂ ਮਹਿਜ ਭਿਆਦੇ ਹਨ ਦੱਸਣਯੋਗ ਹੈ ਕਿ ਇੱਕ ਦਿਨ ਪਹਿਲਾਂ ਵੀ ਨਵਜੋਤ ਸਿੰਘ ਸਿੱਧੂ ਨੇ ਬੇਅਦਬੀ ਤੇ ਗੋਲੀ ਕਾਂਡ ਮਾਮਲੇ ਤੇ ਸੋਸ਼ਲ ਮੀਡੀਆ ਤੇ ਆਪਣੇ ਪੁਰਾਣੇ ਬਿਆਨਾਂ ਦੀ ਇੱਕ ਵੀਡੀਓ ਸਾਂਝੀ ਕਰਦੇ ਹੋਏ ਕਿਹਾ ਕੀ ناکامی ਕਿਸੇ ਸਰਕਾਰ ਜਾਂ ਪਾਰਟੀ ਦੀ ناکامی ਨਹੀਂ ਹੈ ਸਗੋਂ ਇੱਕ ਆਦਮੀ ਦੀ ਹੈ ਜਿਸਦੇ ਹੱਥ ਮੁਲਾਜ਼ਮਾਂ ਨਾਲ ਮਿਲੇ ਹੋਏ ਹਨ ਆਪਣੇ ਸ਼ਾਇਰਾਨਾ ਅੰਦਾਜ਼ ਵਿੱਚ ਸਿੱਧੂ ਨੇ ਲਿਖਿਆ ਕਿ ਹਮ ਤੋ ਡੂਬੇਗੇ ਸਨਮ ਤੁਮਹੇ ਵੀ ਲੇ ਡੂਬੇਗੇ ਸਿੱਧੂ ਦਾ 88 ਉਹਨਾਂ ਦੇ ਹਾਲ ਹੀ ਵਿੱਚ ਜਾਰੀ ਬਿਆਨ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਜਿਸ ਵਿੱਚ ਉਹਨਾਂ ਨੇ ਬੇਅਦਬੀ ਤੇ ਗੋਲੀकांड ਦੀ ਗੱਲ ਚੁੱਕਣ ਤੇ ਉਹਨਾਂ ਦਾ ਮੰਤ్రਾਲਾ ਬਦਲਣ ਤੋਂ ਲੈ ਕੇ ਅਸਤੀਫੇ ਤੱਕ ਦੀ ਗੱਲ ਰੱਖੀ ਸੀ ਅਤੇ ਮੁੱਖ ਮੰਤਰੀ ਤੇ ਨਿਸ਼ਾਨਾ ਸਾਧਿਆ ਸੀ ਸਿੱਧੂ ਨੇ ਕਿਹਾ ਸੀ ਕਿ ਬੇਅਦਬੀ ਗੋਲੀकांड ਮਾਮਲੇ ਵਿੱਚ ਐਫ ਆਈ ਆਰ ਦਰਜ ਕਰਨਾ ਜਾਂਚ ਕਰਨਾ ਗ੍ਰਿਫਤਾਰੀ ਕਰਨਾ ਆਦ ਸਿਰਫ ਸੂਬੇ ਦੇ ਗ੍ਰਹਿ ਮੰਤਰੀ ਦੇ ਹੱਥ ਵਿੱਚ ਹੈ ਸੰਵਿਧਾਨ ਮੁਤਾਬਕ ਸੂਬੇ ਦੀ ਕਾਰਜਕਾਰੀ ਸ਼ਕਤੀ ਮਤਲਬ ਗ੍ਰਹਿ ਮੰਤਰੀ ਦੀ ਇਹ ਤਾਕਤ ਰੱਖਦਾ ਹੈ ਕਿ ਉਹ ਐਫ ਆਈ ਆਰ ਅਤੇ ਗ੍ਰਿਫਤਾਰੀ ਸੰਬੰਧੀ ਰਾਜਨੀਤਿਕ ਹੁਕਮ ਦੇ ਸਕੇ ਇਸ ਲਈ ਸੂਬੇ ਦੀ ਕਾਰਜਕਾਰੀ ਸ਼ਕਤੀ ਖਾਸ ਤੌਰ ਤੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਹਲੂਣਿਆ ਜਾਵੇ ਕਿ ਉਹ ਆਪਣੀ ਜ਼ਿੰਮੇਵਾਰੀ ਨਿਭਾਉਣ ਭਾਰਤੀ ਕਿਸਾਨ ਯੂਨੀਅਨ ਆਗੂ ਰਾਕੇਸ਼ ਟਿਕੈਤ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਧਰਨਾ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਸਰਕਾਰ ਨੂੰ 1 ਘੰਟੇ ਵਿੱਚ ਜਵਾਬ ਮਿਲ ਜਾਏਗਾ। ਉਹਨਾਂ ਨੇ ਕਿਹਾ ਕਿ ਕ कर्फ्यू ਲਾ ਕੇ ਸਰਕਾਰ ਕਿਸਾਨਾਂ ਦਾ ਅੰਦੋਲਨ ਖਤਮ ਕਰਨਾ ਚਾਹੁੰਦੀ ਹੈ ਪਰ ਸਰਕਾਰ ਦੀ ਚਾਲਬਾਜ਼ੀ ਨੂੰ ਕਿਸਾਨ ਸਮਝ ਚੁੱਕੇ ਨੇ ਤੇ ਕਿਸਾਨ ਧਰਨੇ ਦੀਆਂ ਮੰਗਾਂ ਪੂਰੀਆਂ ਹੋਣ ਤੱਕ ਕਿਤੇ ਨਹੀਂ ਜਾਣਗੇ। ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਪਿਛਲੇ 4 ਮਹੀਨਿਆਂ ਤੋਂ ਕਲੀਨ ਦਿੱਲੀ ਦੀ ਗੱਲ ਕਰ ਰਹੀ ਹੈ ਪਰ ਸਰਕਾਰ ਨੇ ਕਿਸਾਨਾਂ ਨੂੰ ਛੇੜਨ ਦੀ ਕੋਸ਼ਿਸ਼ ਕੀਤੀ ਤਾਂ ਇੱਕ ਘੰਟੇ ਅੰਦਰ ਜਵਾਬ ਮਿਲ ਜਾਵੇਗਾ ਰਕੇਸ਼ ਟਿਕੈਟ ਨੇ ਕਿਸਾਨਾਂ 'ਚ ਜੋਸ਼ ਭਰਦਿਆਂ ਕਿਹਾ ਕਿ ਸਰਕਾਰ ਕਿਸਾਨਾਂ ਦੇ ਸਭ ਤੋਂ ਵੱਡੇ ਅੰਦੋਲਨ ਨੂੰ ਕੁਚਲਣ ਲਈ ਸਾਰੇ ਹੱਤਕੰਡੇ ਅਪਣਾ ਰਹੀ ਹੈ ਉਹਨਾਂ ਨੇ ਕਿਹਾ ਕਿ ਕਿਸਾਨ ਪੂਰੀ ਤਰ੍ਹਾਂ ਇੱਕਜੁੱਟ ਹਨ ਤੇ ਸਰਕਾਰ ਦੀਆਂ ਤਕਰੀਬਨ ਤਕਰੀਬਾਂ ਨੂੰ ਸਮਝਦੇ ਹਨ ਉਹਨਾਂ ਨੇ ਕਿਹਾ ਕਿ ਸਕੂਲਾਂ ਨੂੰ ਬੰਦ ਕਰਕੇ ਸਰਕਾਰ ਬੱਚਿਆਂ ਦੀ ਪਰਾ ਇਹਨੂੰ ਖਤਮ ਕਰਨਾ ਚਾਹੁੰਦੇ ਨੇ ਹਰਿਆਣਾ ਦੇ ਕਿਸਾਨਾਂ ਬਾਰੇ ਬੋਲਦੇ ਆ ਉਹਨਾਂ ਨੇ ਕਿਹਾ ਕਿ ਹਰ ਸਮੇਂ ਹਰਿਆਣਾ ਦਾ ਕਿਸਾਨ ਸਹਿਯੋਗ ਲਈ ਤਿਆਰ ਰਹਿੰਦਾ ਹੈ ਜਦੋਂ ਵੀ ਕਿਸਾਨਾਂ ਦੀ ਲੜਾਈ ਲੜਨ ਦੀ ਦੇਸ਼ ਨੂੰ ਜ਼ਰੂਰਤ ਪਈ ਹਰਿਆਣਾ ਦਾ ਕਿਸਾਨ ਅੱਗੇ ਆਇਆ ਇਸ ਤੋਂ ਬਾਅਦ ਰਕੇਸ਼ ਟਿਕੈਤ ਹਾਂਸੀ ਦੇ ਨੇਤਾ ਪ੍ਰੇਮ ਮਲਿਕ ਦੇ ਘਰ ਪੁੱਜੇ ਤੇ ਉੱਥੇ ਵੀ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਰਕੇਸ਼ ਟਿਕੈਤ ਨੇ ਉੱਥੇ ਕਿਹਾ ਕਿ ਜੇ ਸਰਕਾਰ ਕਿਸਾਨਾਂ ਨੂੰ ਕਰੋਨਾ ਦਾ ਟੀਕਾ ਲਾਉਣਾ ਚਾਹੁੰਦੀ ਹੈ ਤਾਂ ਉਹ ਟੀਕਾਕਰਣ ਕਰੇ ਜਿਨ੍ਹਾਂ ਨੇ ਵੈਕਸੀਨ ਲਗਵਣੀ ਹੋਵੇਗੀ ਉਲਵਾਨ ਇਸਨ ਹੁਣ ਤੱਕ ਦੀਆਂ ਖਬਰਾਂ ਬਰਨ ਕੌਰਮਾਨ ਨੂੰ ਦਿਓ ਆ ਗਿਆ ਦੇਖਦੇ ਰਹੋ ਪੰਜਾਬ ਮੀਲਿਓਸੀ ਟੀਵੀ ਸਾਸ਼੍ਰੀਆਕਾਲ